लूट। अनएजुकेटेड पीपल तुम्हें पता ही होता है कितने पंगे यार। सो मच डिफिकल्ट। ओ चार दे लो जी निकल गई। आया चक्कर बकर काम डले हूं इस करके सानू खेता चुना पे ऑफ रोडिंग करवाते करवाते बाकी गिंदा जी अपने नाल ने एदा 4x4 करा देना देखी रही हूं गिंदे ओए ओ बाबे आ जो सीन के दोगे ना मेरे पैर मर गया ओ सच्ची गल है जवाब टाला पहले ना देख दोना कि मैं भी ले जाना बाद में देखे धक्का ला फिर वो हसया होना कि पैन देखे धक्का लाना फिर जद उन्हें निकल इस साला फिर कट के लगे ए भाई दरी आए हैं वंडरलैंड स्पेशल चाहे जो मर्जी हो जाए हुण ਆਉਣਾ ਸੀ ਬਹੁਤ ਮੁਸ਼ਕਲ ਆਈਆਂ ਰਾਹ ਦੇ ਵਿੱਚ ਪਰ ਅਸੀਂ ਮੰਨੇ ਨਹੀਂ ਮਚ ਡਿਫਿਕਲਟੀਸ ਕਿੰਦੇ ਹੁਣੇ ਭਾਈ ਆ ਮੈਂ ਬਹੁਤ ਬਾਬੇ ਬਚਾ ਹੋ ਗਿਆ ਗੱਡੀ ਚੜ ਜਾਣੀ ਸੀ ਮੈਂ ਬਹੁਤ ਕੁਝ ਫੇਸ ਕੀਤਾ ਤੁਹਾਨੂੰ ਕਿਸੇ ਤੋਂ ਨਹੀਂ ਆਨੇ ਆਨੇ ਇਧਰੋਂ ਟੱਪ ਗਿਆ ਨਾ ਰਹਿਣ ਦੇ ਤਾਰਾ ਆ ਮੈਂ ਬਹੁਤ ਕੁਝ ਫੇਸ ਕੀਤਾ ਇਸ ਕੰਮ ਲਈ ਮੇਰੇ ਪੈਰ ਵੀ ਮੁੜ ਗਏ ਅੱਜ ਬਾਬੇ ਓ ਵਾਓ ਜਾਣਤਾ ਹੈ ਵੀਰੇ ਵੈਰੀ ਕਲਾਊਡ ਕਲਾਊਡ ਬੱਦਲ ਅੰਦਰ ਲੋਣੀ ਗੱਡੀ ਟਾਈਸਰ ਨੀ ਲਿਆ ਸਕਦਾ 1300 ਦੀ ਟਾਈਟ ਲਾਉਣ ਦੀ ਯਾਰ ਕਾਹਨੂੰ ਬੇਇੱਜ਼ਤੀ ਕਰਾਉਣੀ ਸਾਡੀ ਇਦਾਂ ਦੀ ਪਬਲਿਕ ਪਲੇਸ ਤੇ ਆ ਕੇ ਕਾਹਦੇ ਬੇਇੱਜ਼ਤੀ ਕਰਾਉਣਾ ਤੂੰ ਯਾਰ ਸਾਡੀ ਬਾਬੇ ਮੈਨੂੰ ਇਹ ਜਿੰਦਾ ਰੱਛ ਦੇਖ ਤਾਂ ਕਿੰਨਾ ਜਿੰਦਾ ਜਾ ਕੇ ਟਿਕਟਾਂ ਵਾ ਲੈ ਆਪਾਂ ਭਾਜੀ ਚੱਲਦੇ ਆਂ ਟਿਕਟਾਂ ਲੈਣੇ ਆ ਤੇ ਗਾਂਗਾ ਮਿਲਦੇ ਤੁਹਾਨੂੰ ਕਿੱਥੇ ਕਿੱਦਾਂ ਟਿਕਟਾਂ ਲੈ ਲਈਆਂ ਭਾਜੀ ਆ 100 ਰੁਪਏ ਦਾ ਅੰਦਰ ਗਿਫਟ ਆ ਸ਼ਾਪ ਤੋਂ ਕੁਝ ਵੀ ਆਪਾਂ 100 ਰੁਪਏ ਦੇ ਅੰਦਰ ਅੰਦਰ ਲੈ ਸਕਦੇ ਆ ਤੇ ਟਿਕਟ ਆਪਾਂ ਜਿਹੜੀ ਆ ਇੱਕ ਹੈਗੀ 1300 ਦੀ ਤੇ ਇੱਕ ਹੈਗੀ 1400 ਦੀ ਪਹਿਲਾਂ ਸੀ 1300 1200 1100 ਹੁਣ ਮਹਿੰਗੀ ਹੋ ਗਈ ਥੋੜੀ ਜੀ ਤੇ ਆਪਾਂ 1400 ਵਾਲੀ ਟਿਕਟ ਲੈ ਲਈ ਭਾਜੀ ਕਿੰਨੇ ਦੀ ਆਈ 1400 ਦੀ ਆਈ ਜੀ 100 ਰੁਪਈਆ ਦੇ ਕੇ ਆਇਆ ਚਪਲਾ ਨੁਕਸਾਨ ਵੀ ਹੋਇਆ ਆ ਇਹ ਕਿਹੜੇ ਮਿਸਤਰੀ ਤੋਂ ਬਣਾਈਆਂ ਆ ਬੰਦ ਕਰ ਇਹਨੂੰ ਬੇਲ ਮੱਛੀ ਜਈ ਬੰਦ ਕਰ ਇਹਨੂੰ ਵਧੀਆ ਮਾਹੌਲ ਹੈ ਇੱਕ ਨੰਬਰ ਹੈ ਫੋਨ ਨੂੰ ਤਾਂ ਨਹੀਂ ਲੈ ਨਹੀਂ ਕਰਾਉਣੀ ਕਰਾ ਦਿੰਨੇ ਆ ਜਾ ਕੇ ਨਿੱਕੀ ਲੋਕ ਲੱਗੀ ਉਦੋਂ ਦਾ ਮੈਂ ਰਖਾਇਆ ਦਿੱਤੀ ਲਾਈਕ ਸੀਰੀਅਸਲੀ ਬਹੁਤ ਨਾ ਦੂੰ ਹੈ ਚੱਲ ਬਈ ਦੋ ਮਿੰਟ ਭਾਜੀ ਸਹੀ ਹੈ ਭਾਜੀ ਜੱਟ ਦਿੱਲੀ ਮਰਸਡੀ ਚ ਲਿਆ ਆ ਨੀ ਰਹਿਣ ਦੇ ਉਹਦੀ ਕਿਹੜਾ ਲੋੜ ਆ ਰੇਲ ਗੱਡੀ ਚ ਵੀ ਬਹਿ ਹੋਣਾ ਹੋਣਾ 6:30 ਵਜੇ ਤੱਕ ਵਾਟਰ ਪਾਰਕ ਆ ਪਹਿਲਾਂ ਆਪ ਵਾਟਰ ਪਾਰਕ ਮੈਂ ਕਹਿੰਦਾ 8:30 ਵਜੇ ਦੂਜੇ 6:30 ਵਾਟਰ ਪਾਰਕ ਜਾਣਾ 8:30 ਵਜੇ
ਚਲੋ ਉਹ ਪਹਿਲਾਂ ਆਪਾਂ ਓਏ ਮੇਰੀ ਗੱਲ ਪਹਿਲਾਂ ਇਹਦੇ 'ਚ ਚੱਲਦੇ ਹਾਂ ਗੱਡੀਆਂ 'ਚ ਚੱਲ ਆ ਜਾ ਇੱਥੇ ਇੱਧਰ ਰਹਿਣੀ ਸਾਰਾ ਦਿਨ ਮਰਸੜੀ ਜੱਟ ਦਿੱਲੀ ਉਹ ਮਰਸੜੀ ਲਿਆਇਆ ਨੀ ਮਰਸੜੀ ਸੁਣ ਜੱਟੀਏ ਬਲੌਗਰ ਏ ਬਹੁਤ ਆ ਯਾਰ ਇੱਕ ਬੰਦਾ ਕੈਪ ਮੈਸ ਕਰ ਤੂੰ ਦੂਜਾ ਕਿੱਥੇ ਜਾਊਗਾ ਦੂਜੇ ਦਾ ਤਾਂ ਲੈ ਬਈ ਗੱਡੀਆਂ ਚੱਲ ਪਈਆਂ ਇਹਨਾਂ ਦੀ ਰੇਸ ਰੂਸ ਵੀ ਹੁੰਦੀ ਆ ਆਹੋ ਉਹ ਤੇਰਾ ਤੇਰਾ ਲਾਇਸੈਂਸ ਹੈਗਾ ਤੇਰੇ ਕੋਲ ਏਦਾਂ ਨਹੀਂ ਨਹੀਂ ਚਲਾਉਣ ਦੇਣੀ ਬੋਲਟ ਤਾਂ ਵਿੱਚ ਰਹਿਗਾ ਸਹੀ ਮੈਨੂੰ ਸਨੇਪ ਪਤਾ ਤੇ ਟਵਾਟਾ ਦੀ ਲੈਣੀ ਗੱਡੀ ਭਾਜੀ 4x4 ਆ ਸਾਰੀਆਂ ਠੀਕ ਆ ਭਾਜੀ ਆ ਦੇਖੀ ਭਾਜੀ ਇਹ 'ਚ ਮੈਨੂੰ ਬਹਿ ਲੈਂਦੇ ਕਿਹੜੀ ਗੱਡੀ ਆ ਤੇਰੇ ਕੋਲ ਸਿਵਿਕ ਝਟਕੇ ਬਾਪੇ ਵਾਲਾ ਹੀ ਨਹੀਂ ਯਾਰ ਆਇਆ ਇੱਥੇ ਤਾਂ ਚਿੜੀ ਵਿਚਾਰੀ ਗੱਬੇ ਮਰ ਗਈ ਨਜ਼ਾਰੇ ਬੁਰੇ ਆ ਮਿਲਦੇ ਆ ਨੈਕਸਟ ਤੇਰਾ ਭਰਾ ਬੈਠਾ ਉਹ ਦੇਖ ਬੁਲਾ ਕੇ ਆ ਉਹਨੂੰ ਪਹਿਲਾਂ ਬੁਲਾ ਉਹਨੂੰ ਉੱਧਰ ਚੱਲ ਬੁਲਾਉਣਾ ਆ ਉਹਨੂੰ ਤੇਰਾ ਵੱਡਾ ਭਾਈ ਆ ਪੈਰੀ ਹੱਥ ਲਾ ਇਹਦੇ ਬੜੇ ਚਿਨਾ ਬਾਅਦ ਇੱਥੇ ਵਿਛੜ ਗਿਆ ਸੀ ਨੇਪਾਲ ਚ ਟਿਕਾਣ ਲੱਗੇ ਹੁਣ ਆਪਾਂ ਚਲੋ ਇੱਥੇ ਜਾਣਾ ਆਪਾਂ ਜਿਹੜਾ ਵਧੀਆ ਮਾਹੌਲ ਹੈ ਯਾਰ ਇੱਕ ਨੰਬਰ ਹੈ ਪੂਰਾ ਸਾਡੇ ਨਾਲ ਇੰਜ ਕਿਉਂ ਕਰਦੇ ਜੀ ਵਧੀਆ ਪਿੰਡੇ ਜਾਵਾਂਗੇ ਇਕੱਠੇ ਪੌੜੀਆਂ ਹੀ ਪੌੜੀਆਂ ਮੁੱਕਣ 'ਚ ਨਹੀਂ ਆਉਣੀਆਂ ਬਾਬੇ ਤਾਂ ਚਲੋ ਮੁੱਕਣ 'ਚ ਨਹੀਂ ਆਉਣੀਆਂ ਪੌੜੀਆਂ ਬੜਾ ਜੋਖਾ ਦਾ ਵਧੀਆ ਮਾਹੌਲ ਹੈ ਇੱਕ ਨੰਬਰ ਹੈ ਏਦਾਂ ਏਦਾਂ ਦਾ ਕੁਛ ਹੋ ਰਿਹਾ ਆ ਇਹ ਬੜਾ ਡਰ ਤਾਂ ਨਹੀਂ ਲੱਗਦਾ ਡਿਗੂ ਡੁਗੂ ਨੇ ਡਰ ਕੇ ਆ ਕੇ ਜੀਤ ਹੈ ਮਾਊਂਟੇਨ ਵਿਊ ਮੈਂ ਪਿੱਛੇ ਨਹੀਂ ਲੈਟਸ ਲਾਂਚ 3 2 1 ਗੋ ਜੀ ਆਪਣੀ ਦੀਵਾਰ ਜਾਈ ਜਾਈਏ
ਚੱਲ ਬਈ ਉੱਠੇ ਨਾ ਹੋਵੇ ਯਾਰ ਕਾਲੀ ਕਾਲੀ ਚ ਯਾਰ ਟਰਾਈ ਕਰਨਾ ਹੁਣ ਇਹਦੀ ਭਾਰੀ ਸਾਰੇ ਜਾਣੇ ਆ ਕੋਕਾ ਸੁਣ ਲੂਗਾ ਮੈਂ ਤੇਰੀਆਂ ਉਹ ਯਾਰ ਇੱਕ ਜਾਣੇ ਉਹ ਯਾਰ ਆਹ ਤਾਂ ਵਾਜਾ ਕਰਦੀ ਆ ਜਹਾਜ ਆ ਗਿਆ ਬਾਬੇ ਨਜ਼ਾਰਾ ਆਉਂਦਾ ਪੂਰਾ ਪਰ ਪਹਿਲਾਂ ਜਦੋਂ ਇੱਕ ਦਮੇ ਤੇਜ਼ ਹੋਈ ਉਦੋਂ ਮਾੜਾ ਜਿਹਾ ਡਰ ਲੱਗਾ ਬਾਕੀ ਨਜ਼ਾਰੇ ਆ ਕਿ ਨਹੀਂ ਡੈਗ ਚਾਚਾ ਬਸ ਅਗਲੀ ਵਾਰੀ ਬਸ ਜੀ ਬਾਬੇ ਸਵਾਦ ਬੜਾ ਇਹ ਚ ਜਜਾਰੇ ਲੈਣ ਆਏ ਆ ਜਜਾਰੇ ਲੈਣੇ ਆ ਅਸੀਂ ਘੋੜਿਆਂ ਦੇ ਤੈਨੂੰ ਚਾੜਦੇ ਰੁਕ ਜਾ ਘੋੜੇ ਤੇ ਚਾੜਨਾ ਤੈਨੂੰ ਰੇਲ ਗੱਡੀ ਦਾ ਨੀ ਬਹਿਣਾ ਚੱਕ ਲਾ ਉੱਥੋਂ ਚੱਲ ਬਾਅਦ ਚੱਕ ਲੈਣੇ ਆ ਛੱਡ ਉਹ ਚ ਕਿਹੜਾ ਹੈਗਾ ਕੁਝ ਬੈਗ ਚ ਐਂਟਰ ਤੁਸੀਂ ਮਾਰਿਆ ਗੌਰ ਮਾਰੋ ਅਸੀਂ ਤੇ ਐਂਟਰ ਘੋੜੇ ਦੇ ਬੱਚੇ ਤੇ ਬਹਿਣ ਲੱਗਾ ਮੁੰਡਾ ਸਾਡਾ ਏਦਾਂ ਨੀ ਏਦਾਂ ਤੂੰ ਬਚਾ ਲੇ ਤੂੰ ਬਚਾ ਲੇ ਤੂੰ ਬਾਬੇ ਤੇ ਚੱਲੀ ਆਪਾਂ ਬਾਬੇ ਦੇ ਛੱਡ ਸ਼ਾਰਟਕਟ ਰਸਤਾ ਜਿਹੜਾ ਭੂਤ ਆ ਗਿਆ ਭੂਤ ਭੂਤ ਵਧੀਆ ਮਾਹੌਲ ਹੈ ਇੱਕ ਨੰਬਰ ਜਗ੍ਹਾ ਦਾ ਹਾਏ ਮੰਮੀ ਭੂਤ ਆ ਗਿਆ ਅਸਲੀ ਹੈ ਸਾਰੇ ਡਰਾਊਗੇ ਭਾਜੀ ਡਰ ਲੱਗਦਾ ਮੰਮੀ ਆਏ ਹੋਏ ਭਰਾਵਾ ਇਹ ਮੈਂ ਨਹੀਂ ਜਾਣਾ ਮੰਮੀ ਵੈਸੇ ਮੈਂ ਸੁਣਿਆ ਕਹਿੰਦੇ ਚਪੇੜਾ ਵੀ ਮਾਰਦੇ ਆ ਆਹੋ ਇੱਧਰ ਮੇਰੇ ਵੱਲ ਨਾ ਵੱਜਣੀ ਹੈ ਮੇਰੇ ਵੱਲ ਨਾ ਵੱਜਣੀ ਹੈ ਬਾਬੇ ਉਹ ਦੇ ਮੋਹਰੇ ਬੈਠਾ ਭਾਜੀ ਆ ਗਿਆ ਓਏ ਆ ਗਿਆ ਮੰਮੀ ਆ ਦੇ ਕੁਛ ਖਾਸ ਨਹੀਂ ਹੈਗਾ ਐਵੇਂ ਸੀ ਡਰ ਤਾਂ ਪਹਿਲਾਂ ਜਦੋਂ ਮੈਂ ਪਹਿਲੀ ਵਾਰੀ ਗਿਆ ਸੀ ਨਾ ਉਦੋਂ ਡਰ ਲੱਗਾ ਯਾਰ ਸਾਡੇ ਭੂਤ ਨਕਲੀ ਆ ਯਾਰ ਬਾਬੇ ਅਸੀਂ ਨਹੀਂ ਇਹ 'ਚ ਬਹਿਣਾ ਹੈਗਾ ਅਗਲੀ ਵਾਰ ਨੂੰ ਇਹ ਤੁਹਾਡੇ ਯਾਰ ਭੂਤ ਨਕਲੀ ਆ ਬਾਬੇ ਭੂਤ ਬਹੁਤ ਨਕਲੀ ਇਹਦਾ ਜਿਹਾ ਡਰ ਨਹੀਂ ਲੱਗਦਾ ਮਾੜਾ ਵੀ ਤੈਨੂੰ ਲੱਭੀ ਜਾਂਦੇ ਆ ਉਹ ਭੂਤ ਨਕਲੀ ਆ ਯਾਰ ਸਾਰੇ ਉਹ ਭੂਤ ਨਕਲੀ ਛੱਡ ਜਾਣ ਕੇ ਕਰੀਏ ਫਲੈਸ਼ ਲਾਈਟ ਚੱਲਦੀ ਹੁੰਦੀ ਨਾ ਸਵਾਦ ਹੈ ਨਾ ਫੋਨ ਹੀ ਦਾ ਫੋਨ ਉਹ ਫਲੈਸ਼ ਹੀ ਜਗਦੀ ਸਹੀ ਉਹੀ ਮੇਰੀ ਜੱਟੀ ਬਾਲੀ ਸੋਹਣੀ ਆ ਯਾਰ ਘੁੰਮਦਾ ਕਾਹਦੇ ਆ ਉਹ ਬਾਬੇ ਘੁੰਮਦਾ ਕਾਹਦੇ ਆ ਡਰ ਨੀ ਹੁੰਦਾ ਆਰੇ
ਮਾੜੇ ਜਿਹੇ ਹਲਕੇ ਹੋਣ ਲੱਗੇ ਆ। ਕੈਸਟੀ ਚ ਉਹ ਮਾਮਾ ਫਾਟਕ ਲੱਗਾ, ਤੈਨੂੰ ਅਕਲ ਨਹੀਂ ਹੈਗੀ? ਰੇਲ ਗੱਡੀ ਆਉਂਦੀ ਪਈ ਹੈ। ਇੱਕੋ ਸਟੇਸ਼ਨ ਤੇ ਰੁਕ ਰਹੀ ਹੈ। ਬਾਜੀ ਜੀ ਉਹ ਤਾਂ ਬਾਹਰੋਂ ਬੁਰੋ ਵੀ ਨਹੀਂ ਲੈ ਕੇ ਆਉਣ ਦਿੰਦੇ ਹੈ ਨਾ। ਆ ਜਾਓ ਵੀ ਮੇਰੇ ਬੱਚਿਓ, ਆ ਜਾਓ ਮੇਰੇ ਬੱਚਿਓ, ਤੁਹਾਨੂੰ ਮੈਂ ਬੋਟ 'ਚ ਘੁਮਾਵਾਂ। ਲੈ ਬਈ ਵਧੀਆ ਨਹੀਂ ਮਾਹੌਲ ਭਾਜੀ? ਇੱਕ ਨੰਬਰ ਕੈਟ ਇੱਥੇ ਰੱਖ ਦਈਏ। ਉੱਧਰ ਬੈਠ। ਖਿੱਚ ਕੇ ਮਾੜਾ ਜਿਹਾ ਖਿੱਚ ਕੇ ਖਿੱਚ ਕੇ ਖਿੱਚ ਕੇ ਹੋਰ ਦੇ ਹੋਰ ਦੇ। ਸਟੋਪ ਲਾ ਲਾ ਇੱਥੇ ਇਹਦੇ ਨਾਲ ਨੂੰ ਲਾ ਨਾਲ ਨੂੰ ਓਏ ਗੱਡੀ ਦੱਬ ਕੇ ਲਾ ਮਾੜੀ ਜੀ ਇੱਧਰ ਨੂੰ, ਨਾਲ ਇੱਧਰ ਦੀ ਲੰਘ ਵੀ ਜਾਵੇ ਕੋਈ। ਟਰਬੋ ਲਾਉਣਾ ਪੈਣਾ ਯਾਰ, ਇਹਨੂੰ ਭੱਜਦੀ ਨੀ ਵਾਲੀ ਛੋਟੀ। ਓਏ ਗਰਾਰੀਆਂ ਛੋਟੀਆਂ ਪਾਉਣੀਆਂ ਪੈਣੀਆਂ, ਉੱਠ ਦੀ ਘੱਟ ਆ। ਬੁੱਲ ਕਰੀ ਮਾੜੀ ਜੀ, ਦੁਬਾਰਾ ਖਿੱਚੀ ਦੁਬਾਰਾ ਖਿੱਚੀ। ਓਏ ਪਹਿਲਾਂ ਚਲੋ ਪਾਰਕਿੰਗ 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 ਤੇ ਲਾਉਣੀ ਪੂਰੀ ਐਨ। ਮੈਂ ਕਿਹਾ ਪੂਰਾ ਮਾਹੌਲ ਇੱਕ ਨੰਬਰ ਹੈ। ਇਹਨੂੰ ਕੀ ਹੋ ਗਿਆ ਪਗਲ ਪਾ ਕੰਮ ਡੇਡਿਆ। ਕਿੱਦਾਂ ਲੈਣੇ ਪੈਣੇ ਆ ਹੈਂ? ਚੱਲ ਕੋਈ ਨੀ, ਚਲੋ ਭਾਜੀ ਦੱਸਦੇ ਤੁਹਾਨੂੰ ਕਿੱਦਾਂ ਕਿੱਦਾਂ ਇਹ ਮਿਲਦੇ ਆ ਕੱਚਾ ਬਣਾਉਣਾ ਨਾ। ਚਲੋ ਜੀ ਬਾਕੀ ਮਿਲਦੇ ਆ। ਰੈਲ ਛੇਕ ਆ, ਕਮੀਜ਼ ਲਾ ਕੇ ਨਾ ਲੈਣਾ ਆਪਾਂ। ਇਹਦੇ ਜ਼ਰੂਰ ਹੋਊਗਾ ਅਤੇ ਵਿੱਚ ਰੱਖ ਦੇ ਟੈਂਕ ਕਿਹੜਾ, ਕਿਸੇ ਨੂੰ ਦੱਸਣਾ ਵੀ ਅਸੀਂ ਗੱਡੀ ਚਾਬੀ ਰੱਖੀ ਹੈ। ਇਹ ਕਿੱਧਰੋਂ ਆਏ ਆ ਬੰਦੇ, ਹਰਿਆਣਵੀ ਬਾਬੇ? ਸਾਡੇ ਜਿਹੜਾ ਬਟੂਆ ਸੀਗਾ ਉਹ ਤਾਂ ਰਹਿ ਗਿਆ ਬਾਹਰ, ਸੋ ਆਪਾਂ ਇਸ ਕਰਕੇ ਸੋ ਆਪਾਂ ਹੁਣ ਇੱਧੇ ਚੱਲੇ ਹਾਂ। ਕਮੀਜ਼ਾਂ ਆਪਾਂ ਲਈਆਂ ਨਹੀਂ ਹੈਗੀਆਂ ਵਧੀਆ ਤੇ ਆਹ ਆਪਾਂ ਨੂੰ ਭਾਜੀ ਆਹ ਲੈ ਕੇ ਆਉਣਾ ਪੈਣਾ ਤੇ ਚੱਲਦੇ ਹਾਂ ਆਪਾਂ। ਬਾਬੇ ਰਸ਼ ਵਾਹਵਾ ਹੀ ਆ, ਕੁਝ ਜ਼ਿਆਦਾ ਹੀ ਆ। ਚਲੋ ਲੈ ਕੇ ਆਈਏ ਇਹਦਾ। ਕਿੱਦਾਂ ਭਾਜੀ? ਮੈਂ ਕਿਹਾ ਸ਼ਾਂਤ ਨੂੰ ਮਾਰਦਾ ਤੇ ਮਾੜੀ ਮੋਟੀ ਇਹਦਾ
ਹਾਂ ਇੱਥੋਂ ਆਪਾਂ ਨੂੰ ਆਹ ਲੈਣਾ ਪੈਂਦਾ ਆਪਣਾ ਅਤੇ ਮੇਨ ਉੱਪਰ ਜਾ ਕੇ ਆਉਣਾ ਪੈਂਦਾ, ਸਵਾਦ ਹੈ ਜਾਣੀ ਕਿ ਪੂਰਾ। ਤੁਸੀਂ ਲੈ ਲਓ, ਮੈਂ ਥੱਲੇ ਖੜ ਦਿਓ, ਤੁਹਾਨੂੰ ਫੋਨ ਦੇ ਦਿਓ ਮੈਨੂੰ ਆਪਣੇ, ਉਹ ਫੋਨ ਤੇਰਾ ਕੋਲ ਲੈ ਕੇ ਜਾਣਾ। ਰਚ ਪੂਰਾ ਆਪਣੇ ਬੰਦੇ ਗਏ ਆ, ਦੇਖੋ ਸ਼ਾਇਦ ਆਇਆ ਉੱਪਰਲੀਆਂ ਸਾਈਡਾਂ ਚੋਂ ਆਉਣ, ਬਾਕੀ ਪਤਾ ਨਹੀਂ ਕਿੱਥੇ ਆਇਆ ਤਾਂ। ਮੈਂ ਫੋਨਾਂ ਵਾਲਾ ਬਾਬਾ ਆ, ਇੱਥੇ ਟਕਾਰੇ ਕਿਤੇ, ਮੈਂ ਫੋਨਾਂ ਵਾਲਾ ਬਾਬਾ ਇੱਥੇ। ਓਏ ਮਾਹੌਲ ਵਧੀਆ, ਜ਼ੋਰ ਦੇਖਣਾ ਲੈ ਜੀ ਇੱਧਰ ਨੂੰ, ਉਹ ਲੈ ਕੇ ਦੌੜ ਜਾ, ਉਹ ਲੈ ਕੇ ਫੇਰੇ ਲੈ ਲਾ ਫੇਰੇ। ਜ਼ੋਰ ਹੈਗਾ ਬਈ, ਗੱਡੀ ਟੋਜਨ ਤੋੜਦੀ ਆ, ਹੱਥਾਂ ਨਾਲ ਫੜ ਲਾ, ਗੱਡੀ ਟੋਜਨ ਤੋੜਦੀ ਆ। ਉਹ ਫੜਾ ਦੇ, ਲੈ ਜਾ ਤੂੰ ਕਹਿ, ਚੱਲ ਚੱਲ ਜੋੜ ਨਾ ਬਾਹੂਬਲੀ। ਲੱਖ ਲੱਖ ਡੇਢ ਲੱਖ ਐਵੇਂ ਨੀ ਲੱਗਦਾ, ਆਹ ਕਿੰਨਾ ਕਰਕੇ ਲੱਗਦਾ ਉਹਦੇ। ਹਾਂ
ਤੇ ਆਪਾਂ ਹੁਣ ਚੱਲਦੇ ਹਾਂ ਮਾੜਾ ਜਿਹਾ ਬਾਹਰ ਨੂੰ, ਕੁਛ ਖਾ ਪੀ ਲਈਏ ਤੇ ਬਾਕੀ ਤੁਹਾਨੂੰ ਦੱਸਦੇ ਹਾਂ ਅੱਗੇ ਕੀ ਖਾਣ ਪੀਣ ਵਿੱਚ ਕੀ ਕਿਹੜੀ ਕਿਹੜੀ ਡਿਸ਼ ਆ ਤੁਹਾਨੂੰ ਮਿਲਦੀ। ਖਾਣ ਪੀਣ ਵਾਲਾ ਜੁਗਾੜ ਤਾਂ ਵਾਹਵਾ ਵਧੀਆ ਆ। ਇੰਨਾ ਖਿਲਾਰਾ ਕਾਹਦੇ ਪਾਲਿਆ ਪੇਂਡੂ ਜੀ ਫੇਰ ਜਾਣੀ ਹੋ ਰਿਹਾ ਵੀਡੀਓ ਬੰਦ ਕਰ ਦੇ ਜੀ ਫੇਰ। ਖਾਣਾ ਪੀਣਾ ਪੂਰਾ ਵਧੀਆ ਹੈ ਮਿਲਦੀ ਜਦੋਂ ਤੇਰੇ ਨਾਲ ਆਉਂਦੇ ਸ਼ਕਲ ਤਾਂ ਮਿਲਦੀ ਹੈ ਨਾ ਅੱਲੀ ਓਏ ਹੁਣੇ ਲਿਆ ਜੋ ਜੋ ਲਿਆਉਣਾ ਜੇ ਉਹ ਲੈ ਕੇ ਚੱਕ ਕੇ ਉਹਦੇ 'ਚ ਚੱਕਣੀ ਪੈਣੀ ਫਿਰ ਉਹਦੇ 'ਚ ਕੀ ਕਹਿੰਦਾ ਭਾਜੀ ਮਿੱਠੇ ਪਤਾ ਕਾਹਦੇ ਪੁੱਛਿਆ ਉਹ ਨੀ ਪਿਆ ਉਹਦੇ ਲਾਲ ਜਿਹਾ ਟੈਂਕ ਜਿਹਾ ਇਹਨੂੰ ਲੱਗਿਆ ਖਰੀ ਉਹ ਚ ਆਈਸਕ੍ਰੀਮਾਂ ਪਈਆਂ ਚੌਲ ਖਾ ਕੇ ਸਸਤੀ ਪਈ ਜਾਂਦੀ ਹੈ ਅਜੀਬ ਜਾਨਵਰ ਹੈ ਇਤਨਾ ਵੀ ਖਾਏ ਜੇ ਪਨੀਰ ਜ਼ਿਆਦਾ ਖਾ ਲਵੇ ਉਹ ਡੈਸ਼ ਵੀ ਲੱਗ ਜਾਂਦੀਆਂ ਆ ਸਮਝ ਗਿਆ ਫੀਲਿੰਗਸ ਹੀ ਬਲੈਂਕਸ ਹੈ। ਰੋਟੀ ਪਾਣੀ ਖਾ ਲਿਆ ਢਿੱਡ ਢੁੱਡ ਰਹਿਣ ਕਰ ਗਿਆ ਪਾਣੀ ਭਾਜੀ ਬਹੁਤ ਚੱਲ ਗਿਆ ਹੁਣ ਕੌਣ ਸੁਣਦਾ ਹੀ ਨਹੀਂ ਅਸਣ ਆ ਕੇ ਕਹਾਂ ਹੁਣ ਤਾਂ ਸ਼ਾਇਦ ਸੁਣੇ ਪਵੇ ਬਾਕੀ ਮਿਲਦੇ ਹਾਂ ਫਿਰ ਹੁਣ ਦੇਖਦੇ ਹਾਂ ਸਾਡੀ ਸਲਾਹ ਹੁਣ ਵੈਸੇ ਘਰ ਵਿਆਹਣ ਦੀ ਬਣਦੀ ਆ ਅਤੇ ਬਾਕੀ ਸਾਰਾ ਕੁਛ ਸਲਾਈਡਾਂ ਸਲੂਈਡਾਂ ਜਿਹੜੀਆਂ ਮਾੜੀਆਂ ਜਿਹੀਆਂ ਮਾੜੀਆਂ ਮੋਟੀਆਂ ਲੈ ਲਿਖੀਆਂ ਨੇ ਅਤੇ ਠੀਕ ਆ ਹੁਣ ਤਾਂ ਨਹੀਂ ਹੁਣ ਤਾਂ ਨਹੀਂ ਵੀ ਸਲਾਈਡਾਂ 'ਚ ਜਾ ਹੋਣਾ ਕਰਕੇ ਖਾਣਾ ਪੀਣਾ ਜ਼ਿਆਦਾ ਖਾ ਲਿਆ ਅਤੇ ਢਿੱਡ ਜ਼ਿਆਦਾ ਭਰ ਗਿਆ ਹੁਣ
ਬਾਕੀ ਦੇਖਦੇ ਹਾਂ ਹੁਣ ਕੀ ਸਲਾਹ ਬਣਦੀ ਆ, ਮਿਲਦੇ ਹਾਂ। ਭਾਅ ਜੀ ਹੁਣ ਵੀ ਸਮਾਪਤੀ ਕਰ ਦਿੱਤੀ ਆ। ਢਿੱਡ ਭਰ ਗਿਆ ਤੇਰਾ ਬਾਬੇ? ਢਿੱਡ ਦੇਖ 2 ਇੰਚ ਬਾਹਰ ਨੂੰ ਆ ਗਿਆ। ਬੇਸ ਨਹੀਂ ਹੋ ਤੁਸੀਂ ਆਪਣੀ ਬਾਹਰ ਨੂੰ? ਚਲੋ ਚੱਲੀਏ ਫਿਰ, ਚਲੋ ਬਾਹਰ ਨੂੰ ਜਾ ਕੇ ਦੇਖਦੇ ਹਾਂ ਕੀ ਪ੍ਰੋਗਰਾਮ। ਪਿੰਡ ਵਾਲਾ ਕੱਛਾ ਪਾ ਕੇ ਸਾਨੂੰ ਨਹੀਂ ਜਾਣਾ, ਇੱਧਰ ਨੂੰ ਦਿਖਾੜ ਮਾੜਾ ਜਿਹਾ ਜਾਣ ਕਹਿੰਦੇ ਥਾਪੜ ਮਾਰਨੇ ਹੋਣੀ ਬੰਦਰ ਪਿੰਡ ਵਾਲਾ। ਅਗਲੇ ਕਹਿੰਦੇ ਰੋਟੀ ਖਾਣ ਜਾਣਾ, ਇੱਥੇ ਜਾਇਓ ਤੇ ਬਾਅਦ ਜਾਣਾ। ਮੈਂ ਕਿਹਾ ਨਹੀਂ ਭਾਜੀ ਰੋਟੀ ਖਾਣੀ ਚੱਲੇ ਹਾਂ। ਹੁਣ ਤਾਂ ਵਧੀਆ ਮਾਹੌਲ ਹੈ। ਆ ਪਜਾਮਾ ਦੇਖਿਆ ਜੀ? ਨਹੀਂ ਲੱਗਦਾ। ਆ ਕਮੀਜ਼ ਵੀ ਦੇਖੀ ਜੀ, ਲੱਗਦੀ ਹੈ। ਆਪਾਂ ਤਾਂ ਇੱਥੇ ਰੱਖ ਦਿੱਤਾ ਸੀਗਾ ਸਮਾਨ, ਉੱਦਾਂ ਵੈਸੇ ਲੋਕਰ ਵੀ ਮਿਲ ਜਾਂਦੇ ਆ ਉੱਥੋਂ 200 ਰੁਪਈਆ ਲੈ ਕੇ, ਅਤੇ ਲੋਕਰ ਤੁਸੀਂ ਕਰ ਸਕਦੇ ਹਾਂ, ਲੈ ਸਕਦੇ ਹਾਂ। ਅਤੇ ਬਾਕੀ ਸੀ ਐਨ ਕੰਮ ਲੋਡ ਆ, ਪੂਰਾ ਘੈਂਟ ਆ। ਜਾਣੀ ਜੇ ਕਿਸੇ ਨੇ ਇੱਕ ਅੱਧਾ ਦਿਨ ਇੰਜੋਏ ਕਰਨਾ ਹੋਵੇ ਐਨ ਚੰਗੀ ਤਰ੍ਹਾਂ, ਤਾਂ ਫਿਰ ਬੰਦਾ ਇੱਥੇ ਆ ਸਕਦਾ। ਅਗਲੀ ਵਾਰ ਮੇਰੀ ਟੀਮ ਤਿਆਰ ਹੋ ਗਈ ਹੈ, ਮੇਰੀ ਟੀਮ ਤਿਆਰ ਹੋ ਗਈ। ਆਪਾਂ ਹੁਣ ਚੱਲਦੇ ਹਾਂ ਬਾਹਰ ਨੂੰ, ਦੇਖਦੇ ਹਾਂ ਕੀ ਕਰਨਾ ਹੁਣ। ਮਾੜਾ ਮੋਟਾ ਘੁੰਮ ਫਿਰ ਕੇ ਗੱਡੀ 'ਚ ਬਹਿ ਕੇ ਹੌਲੀ ਹੌਲੀ। ਔਰ ਘੱਗਰੇ ਵਾਲੀ ਨੇ ਫੋਟੋ ਤਾਂ ਨਹੀਂ ਖਿਡਾਉਣੀ? ਮੱਥਾ ਟੇਕ ਕੇ ਆਈ ਜਾਂਦਾ ਭਾਜੀ, ਸੈਰ ਤਾਂ ਢਕਿਆ ਹੀ ਨੀ। ਚੱਲ ਬਾਹਰ ਵੀਡੀਓ ਤਾਂ ਨਹੀਂ ਬਣਾਉਣ ਦਿੱਤੀ ਅੰਦਰ। ਚਲੋ ਆਪਾਂ ਮਾੜੀ ਜਿਹੀ ਇੱਕ ਦੋ ਕਲਿੱਪਾਂ ਲੈ ਲਈਆਂ ਉਹਦਾ, ਤੇ ਆਪਾਂ ਬਹੁਤ ਵੱਡੀ ਸ਼ੋਪਿੰਗ ਕੀਤੀ ਆ, ਦੇਖੋ ਬਹੁਤ ਜ਼ਿਆਦਾ ਵੱਡੀ। ਅਤੇ ਚਲੋ ਜੀ ਹੁਣ ਆਪਣਾ ਘੁੰਮ ਫਿਰ ਹੋ ਗਿਆ ਸਾਰਾ, ਅਤੇ ਆਪਾਂ ਚੱਲਦੇ ਹਾਂ ਹੁਣ। ਸਵਾਰ ਆਇਆ ਕਹਿੰਦੇ, ਪੂਰਾ ਸਵਾਰ ਤਾਂ ਪੂਰਾ ਆਇਆ ਇਸ ਰੱਛ ਬਹੁਤ ਹੈਗਾ। ਚਲੋ ਕੋਈ ਨਹੀਂ, ਅਗਲੀ ਵਾਰ ਸਹੀ ਇੱਕ ਵਾਰੀ ਫਿਰ ਆਉਣਾ ਹਾਲੇ, ਅਤੇ ਬਾਕੀ ਹੁਣ ਮਿਲਦੇ ਹਾਂ ਅਗਲੇ ਵਲੌਗ ਵਿੱਚ। ਓਕੇ, ਟਾਟਾ।